ਤੁਹਾਡਾ ਸ਼ੁਭ ਨਾਮ ਜੀ? ਰਘਵੀਰ ਸਿੰਘ ਬਬਲੀ ਜੀ। ਬਬਲੀ ਜੀ, ਇੱਥੇ ਕੌਣ ਖੜਾ ਜੀ? ਮੇਰੇ ਮਿਸੀ ਖੜੇ ਨਰਿੰਦਰ ਕੌਰ ਜੀ। ਕਿਹੜੇ ਚੋਣ ਨਿਸ਼ਾਨ ਤੇ? ਚੱਕੀ ਦੇ, ਚੱਕੀ ਚੋਣ ਨਿਸ਼ਾਨ ਜੀ। ਤੇ ਮੈਨੂੰ ਲੱਗਦਾ ਤੁਸੀਂ ਹੁਣ ਡੋਰ ਟੂ ਡੋਰ ਘੁੰਮ ਰਹੇ ਹੋ। ਬਹੁਤ ਵਧੀਆ ਸੰਯੋਗ ਮਿਲਿਆ ਜੀ ਸਾਨੂੰ। ਤੇ ਕਿੰਨਾ ਚ ਮੁੱਦਿਆਂ ਨੂੰ ਮੁੱਖ ਰੱਖ ਕੇ ਤੁਸੀਂ ਚੋਣ ਨਿਸ਼ਾਨ ਤੇ ਘੁੰਮ ਰਹੇ ਹੋ? ਅਸੀਂ ਦੇਖੋ ਜੀ, ਸਾਡੇ ਤਾਂ ਨਾ ਤਾਂ ਕੋਈ ਆਟੇ ਦਾਲ ਦੇ ਕਾਰਡ ਬਣੇ ਨੇ, ਨਾ ਕੋਈ ਗਲੀਆਂ ਨਾਲੀਆਂ ਦਾ ਕੰਮ ਹੋਇਆ ਵਾ। ਅਸੀਂ ਇਹਦੇ ਆਧਾਰ ਤੇ ਹੀ ਕਲੋਨੀ 'ਚ ਵਿਕਾਸ ਦੇ ਵੋਟਾਂ ਮੰਗ ਰਹੇ ਹਾਂ। ਤੁਸੀਂ ਕਿਹੜੇ ਕਿਹਦੇ ਸਹਿਯੋਗ ਨਾਲ ਖੜੇ ਹੋ? ਅਸੀਂ ਪਿੰਡ ਦੇ ਸਹਿਯੋਗ ਨਾਲ ਖੜੇ ਹਾਂ। ਪ੍ਰੇਮ ਸਿੰਘ ਸਰਪੰਚ ਹੈ ਸਾਡੇ ਜੀ, ਪਹਿਲਾਂ ਸਾਬਕਾ ਸਰਪੰਚ ਸੀ, ਉਹਨਾਂ ਦੇ ਸਹਿਯੋਗ ਸੂਰਜਭਾਨ ਗੁੱਡੂ ਹੈ ਜੀ, ਉਹ ਮੇਰੇ ਨਾਲ ਨੇ, ਬਾਕੀ ਪਿੰਡ ਦੇ ਕਾਫੀ ਸੱਜਣ ਸਾਡੇ ਨਾਲ ਨੇ। ਮੈਂ ਰਘਵੀਰ ਸਿੰਘ ਬਬਲੀ, ਜੋ ਕਿ ਮੇਰੇ ਧਰਮ ਪਤਨੀ ਨਰਿੰਦਰ ਕੌਰ, ਜਿਹਨਾਂ ਦਾ ਚੋਣ ਨਿਸ਼ਾਨ ਆਟਾ ਚੱਕੀ ਅਤੇ ਮੋਹਰਾਂ ਲਾ ਕੇ ਪਿੰਡ ਵਾਸੀਆਂ ਨੂੰ ਕਹਿੰਦਾ ਵਾ, ਮੋਹਰਾਂ ਲਾ ਕੇ ਕਾਮਯਾਬ ਕਰੋ, ਜੋ ਕਿ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ, ਜੋ ਗਲੀਆਂ ਨਾਲੀਆਂ ਕਾਰਡਾਂ ਦਾ ਅਧੂਰਾ ਕੰਮ ਹੈ ਉਹ ਪੂਰਾ ਕਰ ਸਕੀਏ। ਮੈਂ ਪ੍ਰੇਮ ਸਿੰਘ, ਸਾਬਕਾ ਸਰਪੰਚ, ਅਤੇ ਹੁਣ ਐਤਕੀ ਸਰਪੰਚੀ ਦੀ ਚੋਣ ਦੇ ਵਿੱਚ ਅਸੀਂ ਬਬਲੀ ਜੀ ਦੀ ਧਰਮ ਪਤਨੀ ਨਰਿੰਦਰ ਕੌਰ ਜੀ ਨੂੰ ਖੜਾਇਆ। ਪਹਿਲਾਂ ਵੀ ਅਸੀਂ ਪਿੰਡ ਦੀ ਸੇਵਾ ਕਰੀ ਆ, ਵੀ ਹੁਣ ਵੀ ਇਹੀ ਅਪੀਲ ਕਰਦੇ ਪਿੰਡ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਵੋਟਾਂ ਨਾਲ ਆਟਾ ਚੱਕੀ ਦੇ ਮੋਹਰਾ ਲਾ ਕੇ ਇਹਨਾਂ ਨੂੰ ਜਿਤਾਓ, ਜੋ ਕਿ ਪਿੰਡ ਦਾ ਵਿਕਾਸ ਕਰ ਸਕੀਏ। ਮੈਂ ਸੁਖਜੀਤ ਕੌਰ, ਪੰਚਾਇਤ ਮੈਂਬਰ ਰਾਜਾ ਫਾਰਮ ਬਹਾਦਰਗੜ੍ਹ ਵੱਲੋਂ ਅਪੀਲ ਕਰਦੀ ਹਾਂ ਕਿ ਸਾਡੇ ਜੋ ਮੁੱਖ ਮੈਂਬਰ ਨਰਿੰਦਰ ਕੌਰ, ਜਿਨ੍ਹਾਂ ਦਾ ਚੋਣ ਨਿਸ਼ਾਨ ਆਟਾ ਚੱਕੀ ਹੈ, ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ।